ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰੂ ਨਾਨਕ, ਜਿਨ ਕੱਲ ਰਾਖੀ ਮੇਰੀ। ਸਭ ਤੇ ਵੱਡਾ ਸਤਿਗੁਰੂ ਨਾਨਕ, ਜਿਨ ਕੱਲ ਰਾਖੀ ਮੇਰੀ। ਜਗਤਗੁਰੂ ਧੰਨ 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 ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਪਾਤਸ਼ਾਹ ਜੀ ਦੇ ਪਾਵਨ ਮੁਖਾਰਬਿੰਦ ਤੋਂ ਉਚਾਰਨ ਜਪਜੀ ਸਾਹਿਬ ਦੀ ਬਾਣੀ ਦੀ ਵਿਚਾਰ ਅਸੀਂ ਕਰ ਰਹੇ ਹਾਂ। ਅੱਜ ਨੌਵੀਂ ਪੌੜੀ ਦੀ ਵਿਚਾਰ ਆਰੰਭ ਹੋਣ ਜਾ ਰਹੀ ਹੈ। ਆਪ ਸਭ ਮਾਈ ਭਾਈ ਪਿਆਰ ਸਹਿਤ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਸਿੱਖ ਨੂੰ ਸਚਿਆਰ ਬਣਨ ਦਾ ਉਪਦੇਸ਼ ਕੀਤਾ। ਰੱਬੀ ਹੁਕਮਾਂ 'ਚ ਆ ਕੇ ਸਚਿਆਰ ਬਣਿਆ ਜਾ ਸਕਦਾ ਹੈ। ਔਰ ਰੱਬੀ ਹੁਕਮਾਂ ਦੀ ਸਮਝ ਕਿਵੇਂ ਆਵੇ? ਗੁਰੂ ਦੀ ਸਿੱਖਿਆ, ਗੁਰੂ ਦੇ ਗਿਆਨ ਦੇ ਨਾਲ, ਗੁਰਪ੍ਰਸਾਦ। ਅਤੇ ਜਿਹੜਾ ਗੁਰੂ ਦੀ ਸੱਚੀ ਸਿੱਖਿਆ ਨੂੰ ਸੁਣਦਾ ਹੈ, ਉਹਦੀ ਜ਼ਿੰਦਗੀ 'ਚ ਤਬਦੀਲੀਆਂ ਆ ਜਾਂਦੀਆਂ ਨੇ। ਜਿਵੇਂ ਪਿਛਲੀ ਪੌੜੀ 'ਚ ਗੁਰੂ ਜੀ ਨੇ ਇਹ ਰਹਿਮਤ ਕੀਤੀ ਕਿ ਸੁਣਨ ਦੇ ਨਾਲ ਸਿੱਧ ਪੀਰ ਸੁਰਨਾਥ ਦੇਵਤੇ ਇਹਨਾਂ ਦੀ ਅਸਲੀਅਤ ਪਤਾ ਲੱਗ ਜਾਂਦੀ ਹੈ। ਧਰਤੀ, ਆਕਾਸ਼, ਸੂਰਜ ਮੰਡਲ, ਜਜ਼ੀਰੇ, ਦੀਪ, ਇਹ ਨਾਮ ਦੇ ਆਸਰੇ ਦੇ ਨਿਯਮਾਂ ਦੇ ਵਿੱਚ, ਸਿਸਟਮ ਦੇ ਵਿੱਚ ਖੜ੍ਹੇ ਹੋਏ ਨੇ, ਸਮਝ ਲੱਗ ਜਾਂਦੀ ਹੈ। ਰੱਬੀ ਗੁਣਾਂ ਨੂੰ ਧਾਰਨ ਕੀਤਿਆਂ ਆਤਮਕ ਮੌਤ ਪਹੁੰਦੀ ਨਹੀਂ ਹੈ, ਜੀਵ ਜਿਉਂ ਉੱਠਦਾ ਹੈ, ਆਤਮਕ ਤੌਰ 'ਤੇ ਜੀ ਪੈਂਦਾ ਹੈ। ਔਰ ਜਿਹੜਾ ਗੁਰੂ ਦੀ ਸੱਚੀ ਸਿੱਖਿਆ ਨੂੰ ਸੁਣਦਾ ਹੈ, ਉਹਦੀ ਜ਼ਿੰਦਗੀ 'ਚ ਖੇੜਾ ਆ ਜਾਂਦਾ ਹੈ, ਉਹਦੇ ਦੁੱਖ ਪਾਪ ਨਾਸ਼ ਹੋ ਜਾਂਦੇ ਹਨ। ਇਸ ਤੋਂ ਅਗਲੇ ਵਚਨ ਸੁਣਿਆ, ਈਸ਼ਰ ਬ੍ਰਹਮਾ ਇੰਦ ਸੁਣਿਆ, ਮੈਨੇ ਗੁਰੂ ਦੀ ਸੱਚੀ ਸਿੱਖਿਆ ਸੁਣਨ ਦੇ ਨਾਲ। ਆਮ ਤੌਰ 'ਤੇ ਇਸ ਤੁੱਕ ਦੇ ਅਰਥ ਕੀਤੇ ਜਾਂਦੇ ਹਨ ਕਿ ਸੁਣਨ ਨਾਲ ਈਸ਼ਰ ਮੈਨੇ ਸ਼ਿਵ, ਬ੍ਰਹਮਾ ਮੈਨੇ ਬ੍ਰਹਮਾ, ਇੰਦ ਮੈਨੇ ਇੰਦਰ, ਇਹਨਾਂ ਦੀ ਪਦਵੀ ਮਿਲ ਜਾਂਦੀ ਹੈ, ਮਨੁੱਖ ਇਹਨਾਂ ਦੀ ਅਵਸਥਾ 'ਤੇ ਪਹੁੰਚ ਜਾਂਦਾ ਹੈ। ਹੁਣ ਗੁਰੂ ਜੀ ਤੇ ਬਾਣੀ 'ਚ ਇਹ ਕਹਿ ਰਹੇ ਨੇ ਕਿ ਸ਼ਿਵ ਸ਼ਿਵ ਕਰਤੇ ਜੋ ਨਰ ਧਿਆਵੈ, ਬਰਦ ਚਰੈ ਡੋਰੂ ਟਮਕਾਵੈ, ਕਿ ਕੋਈ ਸ਼ਿਵ ਦੀ ਅਵਸਥਾ 'ਤੇ ਜੇ ਪਹੁੰਚੇਗਾ ਤਾਂ ਸ਼ਿਵ ਬੈਲ ਦੇ ਉੱਪਰ ਬੈਠ ਕੇ ਡਮਰੂ ਵਜਾ ਰਿਹਾ ਹੈ, ਫਿਰ ਉਹ ਸ਼ਿਵ ਦਾ ਰੂਪ ਜਿਹੜਾ ਹੋਏਗਾ ਉਹ ਵੀ ਬੈਲ ਉੱਪਰ ਬੈਠ ਕੇ ਡਮਰੂ ਵਜਾਉਂਦਾ ਫਿਰੇਗਾ। ਗੁਰੂ ਜੀ ਸਾਨੂੰ ਇਸ ਪਦਵੀ 'ਤੇ ਅਪਣਾਉਣਾ ਚਾਹੁੰਦੇ ਹਨ, ਉਹ ਪਦਵੀ ਜਿੱਥੇ ਸ਼ਿਵ ਬ੍ਰਹਮਾ ਨੂੰ ਧੀ ਦੇ ਮੋਹਤ ਹੋਣ ਤੋਂ ਬਚਾਉਣਾ ਚਾਹੁੰਦਾ ਹੈ, ਪਾਪ ਤੋਂ ਬਚਾਉਣਾ ਚਾਹੁੰਦਾ ਹੈ, ਅਤੇ ਉਲਟਾ ਬ੍ਰਹਮ ਹੱਤਿਆ ਲੱਗ ਜਾਂਦੀ ਹੈ, ਕਿ ਗੁਰੂ ਜੀ ਅਵਸਥਾ 'ਤੇ ਪਹੁੰਚਾਉਣਾ ਚਾਹੁੰਦੇ ਹਨ। ਅਨੇਕ ਪਾਤਿਕ ਹਰਤਾ ਤ੍ਰਿਭੁਵਨ ਨਾਥ ਰੀ, ਤੀਰਥ ਤੀਰਥ ਭ੍ਰਮਤਾ ਲਹੈ ਨਾ ਪਾਰੀ, ਕਰਮ ਕਰ ਕਪਾਲ ਮਫਿਟਸਰੀ। ਅਰਥ ਆਪ ਜੀ ਗੁਰਬਾਣੀ 'ਚੋਂ ਪੜ੍ਹ ਲੈਣਾ। ਅਤੇ ਬ੍ਰਹਮਾ ਬਾਰੇ ਇਹ ਕਿਹਾ ਜਾਂਦਾ, ਉਹਨੇ ਸ੍ਰਿਸ਼ਟੀ ਦੀ ਉਤਪਤੀ ਕੀਤੀ। ਅੱਜ ਤੁਸੀਂ ਕਿਸੇ ਕਾਲੇ ਨੂੰ, ਕਿਸੇ ਗੋਰੇ ਨੂੰ ਕਹਿ ਕੇ ਦੇਖੋ, ਇਹ ਦੁਨੀਆ ਜਿਹੜੀ ਬ੍ਰਹਮਾ ਨੇ ਬਣਾਈ, ਉਹ ਹੱਸ ਪੈਣਗੇ, ਉਹ ਕਹਿਣਗੇ ਕੌਣ ਹੈ, ਅਸੀਂ ਤਾਂ ਨਾ ਪਹਿਲੀ ਵਾਰ ਸੁਣਿਆ। ਸਿਰਫ ਭਾਰਤ ਦੇ ਲੋਕ ਜਾਣਦੇ ਨੇ ਬ੍ਰਹਮਾ ਨੇ ਪੂਰੀ ਦੁਨੀਆ ਨੂੰ ਬਣਾਇਆ, ਹੋਰ ਕੋਈ ਵੀ ਨਹੀਂ ਜਾਣਦਾ। ਛੋਟੀਆਂ ਮੋਟੀਆਂ ਚੀਜ਼ਾਂ ਦਾ ਸਭ ਨੂੰ ਪਤਾ, ਗ੍ਰੈਵਿਟੀ ਇੱਕੋਦਮ ਬੱਚਿਆਂ ਨੂੰ ਪੁੱਛ ਕੇ ਦੇਖ ਲਓ, ਆਖਦੇ ਨੇ ਨਿਊਟਨ ਦੀ ਕਾਢ ਹੈ, ਉਹਦੀ ਖੋਜ ਹੈ, ਕਾਢ ਨਹੀਂ ਖੋਜ ਹੈ ਉਹਦੀ। ਪੁੱਛੋ ਜਿਹੜਾ ਸਟੀਮ ਇੰਜਨ ਕਿਹਨੇ ਬਣਾਇਆ, ਜਾਰਜ ਸਟੀਫਨਸਨ ਨੇ, ਸਭ ਨੂੰ ਪਤਾ ਹੈ। ਰੇਡੀਅਮ ਦੀ ਖੋਜ ਮੇਰੀ ਕਿਊਰੀ ਨੇ ਕੀਤੀ, ਸਭ ਨੂੰ ਪਤਾ ਹੈ। ਇਹ ਬਲਬ ਕਿਹਨੇ ਬਣਾਇਆ, ਥੋਮਸ ਅਲਵਾ ਐਡੀਸਨ ਨੇ ਬਣਾਇਆ। ਜਿਹਨੇ ਬਲਬ ਬਣਾਇਆ ਉਹਨੂੰ ਤਾਂ ਸਾਰੀ ਦੁਨੀਆ ਜਾਣਦੀ ਹੈ, ਪਰ ਜਿਹਨੇ ਪੂਰੀ ਦੁਨੀਆ ਬਣਾਈ ਉਹਨੂੰ ਕੋਈ ਨਹੀਂ ਜਾਣਦਾ, ਸਿਰਫ ਭਾਰਤ ਦੇ ਲੋਕ ਜਾਣਦੇ ਨੇ। ਗੁਰੂ ਜੀ ਤੇ ਬਾਣੀ 'ਚ ਇਹ ਗੱਲ ਕਹਿ ਕੇ ਗਏ ਨੇ, ਹਰ ਆਪੇ ਮਾਤਾ ਆਪੇ ਪਿਤਾ, ਜਿਨ ਜੀਓ ਉਪਾਏ ਜਗਤ ਦਿਖਾਇਆ। ਪ੍ਰਭੂ ਨੇ ਸਾਨੂੰ ਪੈਦਾ ਕੀਤਾ, ਆਪ ਹੀ ਉਹ ਸ੍ਰਿਸ਼ਟੀ ਬਣਿਆ। ਅਵਿਕਤੋ ਨਿਰਮਾਇਲ ਉਪਜੇ, ਨਿਰਗੁਣ ਤੇ ਸਰਗੁਣ ਥੀ ਆ, ਆਪ ਹੀ ਪ੍ਰਭੂ ਨਿਰਗੁਣ ਤੋਂ ਸਰਗੁਣ ਹੋ ਗਿਆ, ਨਿਰ ਆਕਾਰ ਤੋਂ ਆਕਾਰ ਸਾਕਾਰ ਰੂਪ ਉਹ ਆਪ ਬਣਿਆ। ਸੁਣਿਆ ਈਸ਼ਰ ਬ੍ਰਹਮਾ ਇੰਦ, ਇੰਦ ਮੈਨੇ ਇੰਦਰ। ਆਮ ਤੌਰ 'ਤੇ ਕਿਹਾ ਜਾਂਦਾ ਹੈ ਕਿ ਜੇ ਮੀਂਹ ਨਾ ਪਵੇ, ਇੰਦਰ ਨੂੰ ਕੋਈ ਕੜਾਹ ਬਣਾ ਕੇ, ਚੌਲ ਬਣਾ ਕੇ ਖਵਾਏ ਤਾਂ ਉਹ ਮੀਂਹ ਪਾ ਦਿੰਦਾ ਹੈ। ਫਿਰ ਅਮੀਰ ਤੇ ਚੌਲ ਖਵਾ ਦੇਗਾ, ਆਪਣੀ ਪੈਲੀਆਂ 'ਚ ਮੀਂਹ ਪਵਾ ਦੇਗਾ, ਗਰੀਬ ਦੇ ਖੇਤ ਸੁੱਕੇ ਰਹਿ ਜਾਣਗੇ, ਉਹ ਚਾਵਲ ਨਹੀਂ ਖਵਾ ਪਾਏਗਾ, ਗਰੀਬ ਕਿੱਥੇ ਜਾਏਗਾ? ਕਿ ਪ੍ਰਭੂ ਇੰਨਾ ਵਿਤਕਰਾ ਕਰੇਗਾ ਆਪਣੇ ਸੰਸਾਰ ਵਿੱਚ? ਗੁਰੂ ਜੀ ਤੇ ਆਖਦੇ ਨੇ, ਕਿਆ ਉੱਠ ਉੱਠ ਦੇਖੋ ਬੱਪੜੇ, ਇਸ ਮੇਘੈ ਹੱਥ ਕਿਛ ਨਾਹੇ, ਜਿਨ ਇਹ ਮੇਘ ਪਠਾਇਆ ਤਿਸਰਾ ਖੋ ਮਨਵਾਹੇ। ਇਹ ਜਿਹੜਾ ਬੱਦਲ ਹੈ, ਇਹ ਵਰਖਾ ਕਰਨ ਵਾਲਾ, ਰੱਬ ਦੇ ਨਿਯਮ 'ਚ ਸਿਰ ਭਾਰ ਹੋ ਕੇ ਦੁਨੀਆ ਦੀ ਸੇਵਾ ਕਰ ਰਿਹਾ, ਤੁਸੀਂ ਨੂੰ ਪੂਜ ਰਹੇ ਹੋ, ਭੈ ਵਿੱਚ ਇੰਦ ਫਿਰਿਆ ਸਿਰ ਭਾਰ। ਜਦੋਂ ਗੁਰੂ ਦੀ ਕੋਈ ਸੱਚੀ ਸਿੱਖਿਆ ਨੂੰ ਸੁਣਦਾ ਹੈ, ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹ ਕੇ, ਸੁਣ ਕੇ, ਵਿਚਾਰ ਕੇ ਦੇਖੋ, ਆਪ ਵਿਚਾਰ ਲਓ, ਇਹਨਾਂ ਸਾਰਿਆਂ ਦੇ ਬਾਰੇ ਜ਼ਿਕਰ ਆ ਜਾਂਦਾ,
गुरु की सच्ची सिक्ख्या सुन नाल पता लग जाता है ये किन्ने कु पानी च खड़े ने, इन्हां दी किन्नी कु असलियत है, ये कित्थे कु खड़े ने। सिख ज्ञानवान हो जाता है। सुनिए मुख सलाहण मंद, गुरु जी तो जीवन उच्चा चुक रहे ने। एक पासे इंद्र की गल है, दूजे पासे गुरु जी कहते हैं क्या गलायो पूछ पर वेल ना जो है कंत तू। साढ़े रहतनामे तो कह रहे हैं पर बेटी को बेटी जाने, पर स्त्री को मात बखाने, अपनी स्त्री सोहरा तो ही रहतवान गुरु का सिख सोई। साढ़े रहतनामे तो कह रहे हैं पर बेटी को बेटी जाने, गुरु जी कहते हैं क्या गलायो पूछ पर वेल ना जो है कंत तू। पर तेरे रूप ना पेखे ने, तेरे गुरबाणी ये कह रही है। गुरु जी आखते ने गुरु की सच्ची सिक्ख्या सुन के देख लो, तुसी इंद्र की पदवी नहीं पाओगे बल्कि तुसी सलाहण योग हो जाओगे, इज्जतवान हो जाओगे। सुने मुख सलाहण मंद, मंदा बंदा भी मुख तो रब की सिफत कर लग जाता है तो सलाहण योग हो जाता है, संभावना रखता है वह भी सलाहण योग हो जाए। सज्जन जड़ा है वो लोगों को लुट के मार के उन्हां दी लाशां खूह च सट के रोटी खांदा सी। उन्हें गुरु नानक साहब जी की कुछ सिक्ख्या सुनी। गुरु नानक साहब ने इन्हां कहा सी, सज्जना जिस दिन तेरा जन्म होया तेरे माता पिता ने तेरा नाम रखिया सज्जन, कि साड़ा पुत्र सज्जन होएगा, घट्टो को अपने माँ प्यो की शर्म खा लैंदा, उन्हां दी इज्जत रख लैंदा, सज्जन बन जाता। ना तेरा सज्जन है तू सज्जन नहीं। वो आखदा फिर सज्जन किवें बनी दे। गुरु जी आखते सज्जन वो नहीं जिहड़े लोगों को मार के खूह सुट्टदे होण, सज्जन तो हर गरीब के नाल मिल के तुरदे ने, साथ दिंदे ने उन्हां दा। सज्जन सही नाल मैं चलदियां नाल चलन, जिथे लेखा मंगी है तिथे खड़े दिसन। सज्जन तो ने जिहड़े सहायता करदे ने, साथ दिंदे ने। एक सिक्ख्या सुनी, वो जिहड़ा मंदा आदमी सी सलाहण योग हो गया, अज साडियां स्टेजां तो सज्जन ठग किया जांदा है, ਉਹ ਤੇ ਰੱਬ ਦਾ ਪਿਆਰਾ ਬ੍ਰਹਮ ਗਿਆਨੀ ਧਰਮੀ ਹੋ ਗਿਆ, ਸਚਿਆਰ ਹੋ ਗਿਆ। ਅਸੀਂ ਤੇ ਇੰਨੀ ਵਾਰ ਬਾਣੀ ਸੁਣੀ ਅਸੀਂ ਨਹੀਂ ਬਦਲੇ, ਕਿਉਂਕਿ ਕੰਨਾਂ ਨੇ ਸੁਣੀ ਅਸੀਂ ਨਹੀਂ ਸੁਣੀ। ਸੁਣਨ ਵਾਲਾ ਮਨੁੱਖ ਜਿਹੜਾ ਸਲਾਹਣ ਯੋਗ ਹੋ ਜਾਂਦਾ ਹੈ, ਭਾਵ ਗੁਰੂ ਦੀ ਸਿੱਖਿਆ ਇੰਨੀ ਸੰਭਾਵਨਾ ਰੱਖਦੀ ਹੈ ਕੋਈ ਗੁਰੂ ਦੀ ਸੱਚੀ ਸਿੱਖਿਆ ਨੂੰ ਸੁਣ ਕੇ ਦੇਖ ਲਵੇ, ਸਲਾਹਣ ਯੋਗ ਹੋ ਜਾਏ। ਕੋਡੇ ਭੀਲ ਵਰਗੇ ਤਰ ਗਏ, ਭੂਮੇ ਚੋਰ ਵਰਗੇ ਜ਼ਿੰਦਗੀ ਬਦਲ ਗਏ। ਮੰਦੇ ਤੋਂ ਮੰਦਾ ਮਨੁੱਖ ਵੀ ਜ਼ਿੰਦਗੀ ਬਦਲ ਸਕਦਾ ਹੈ, ਇੰਨੀ ਸਮਰੱਥਾ ਹੈ। ਝੂਠਾ ਆਦਮੀ ਜ਼ਿੰਦਗੀ 'ਚ ਸੱਚਾ ਮਹਾਂਪੁਰਖ ਹੋ ਸਕਦਾ ਹੈ, ਪਾਪੀ ਆਦਮੀ ਪਵਿੱਤਰ ਹੋ ਸਕਦਾ ਹੈ, ਜਿਹਦੀ ਨਕਾਰਾਤਮਕ ਸੋਚ ਹੈ ਉਹਦੀ ਸੋਚ ਪੋਜ਼ਿਟਿਵ ਹੋ ਸਕਦੀ ਹੈ। ਜਿਹੜਾ ਮਨੁੱਖ ਢਹਿੰਦੀਆਂ ਕਲਾਂ ਵਿੱਚ ਹੈ, ਕੀ ਬਣੇਗਾ ਮੇਰਾ, ਕੀ ਬਣੇਗਾ ਮੇਰੇ ਪਰਿਵਾਰ ਦਾ, ਗੁਰੂ ਦੀ ਸਿੱਖਿਆ ਇੰਨਾ ਆਤਮਕ ਤੌਰ 'ਤੇ ਸ਼ਕਤੀ ਦੇ ਦਿੰਦੀ ਹੈ ਕਿ ਉਹ ਚੜ੍ਹਦੀ ਕਲਾ ਵਿੱਚ ਆ ਜਾਂਦਾ ਹੈ। ਜਿਹੜਾ ਮਨੁੱਖ ਕਿਸੇ ਨੂੰ ਇੱਕ ਗੱਲ ਨਹੀਂ ਕਹਿ ਪਾਉਂਦਾ, ਚਤੁਰ ਵਕਤਾ ਹੋ ਜਾਂਦਾ ਹੈ। ਪਿੰਗੁਲ ਪਰਬਤ ਪਾਰ ਪਰੇ ਖਲ ਚਤੁਰ ਬਕੀਤਾ, ਅੰਦੁਲੇ ਤ੍ਰਿਭੁਵਨ ਸੂਜਿਆ ਗੁਰ ਭੇਟ ਪੁਨੀਤਾ। ਅਗਿਆਨਤਾ ਵਿੱਚ ਅੰਨਾ ਮਨੁੱਖ ਤਿੰਨਾਂ ਭਵਨਾਂ ਦੀ ਸੂਜੀ ਰੱਖ ਲੈਂਦਾ, ਕਦੋਂ ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤਾ, ਮੈਲ ਖੋਈ ਕੋਟ ਅੱਗ ਹਰੇ ਨਿਰਮਲ ਭੇ ਚੀਤਾ। ਸਾਧੂ ਸੰਗ ਮੈਨੇ ਗੁਰੂ ਦੀ ਸੰਗਤ ਦੀ ਮਹਿਮਾ ਹੈ, ਗੁਰੂ ਦੀ ਸਿੱਖਿਆ ਬਦਲ ਦਿੰਦੀ ਹੈ। ਸੁਣਿਆ ਮੁੱਖ ਸਲਾਹਣ ਮੰਦ, ਇਹ ਨਹੀਂ ਕਿ ਅਸੀਂ ਕੁਛ ਨਹੀਂ ਕਰ ਸਕਦੇ, ਤੁਸੀਂ ਸਭ ਕੁਛ ਕਰ ਸਕਦੇ ਹੋ, ਗੁਰੂ ਦੀ ਸਿੱਖਿਆ ਨੂੰ ਸੁਣ ਕੇ ਅਮਲ ਵਿੱਚ ਲੈ ਆਓ। ਐਵੇਂ ਹੱਥ 'ਤੇ ਹੱਥ ਨਾਲ ਤਰੇ ਬੈਠੇ ਰਹੋ, ਤੁਸੀਂ ਸਚਿਆਰ ਹੋ ਸਕਦੇ ਹੋ, ਇੰਨੀ ਸੰਭਾਵਨਾ ਰੱਖਦੇ ਹੋ। ਜੇ ਗੁਰੂ ਜੀ ਕਹਿ ਰਹੇ ਨੇ ਕਿ ਹਾਂ ਸੁਣਿਆ ਮੁੱਖ ਸਲਾਹਣ ਮੰਦ, ਜੇ ਗੁਰੂ ਜੀ ਕਹਿ ਰਹੇ ਨੇ ਤਾਂ ਫਿਰ ਸੱਚਮੁੱਚ ਮੰਦਾ ਮਨੁੱਖ ਸਲਾਹਣ ਯੋਗ ਹੋ ਸਕਦਾ ਹੈ। ਇਹ ਗੁਰੂ ਨਾਨਕ ਦੇਵ ਜੀ ਦਾ ਕਥਨ ਹੈ, ਅਸੀਂ ਆਪਣੀ ਜ਼ਿੰਦਗੀ ਬਦਲ ਸਕਦੇ ਹਾਂ। ਸੁਣਿਆ ਜੋਗ ਜੁਗਤ ਤਨ ਭੇਦ, ਆਮ ਤੌਰ 'ਤੇ ਕਈ ਵਾਰੀ ਅਰਥ ਕੀਤੇ ਜਾਂਦੇ ਨੇ, ਗੁਰੂ ਦੀ ਸੱਚੀ ਸਿੱਖਿਆ ਸੁਣਨ ਦੇ ਨਾਲ ਯੋਗ ਮਤ ਦੀਆਂ ਜੁਗਤੀਆਂ ਆ ਜਾਂਦੀਆਂ ਨੇ। ਇੱਥੇ ਯੋਗ ਮਤ ਦਾ ਜ਼ਿਕਰ ਨਹੀਂ ਹੈ, ਯੋਗ ਦਾ ਮਤਲਬ ਹੁੰਦਾ ਮਿਲਾਪ। ਜੁਗਤ ਮੈਨੇ ਤਰੀਕਾ, ਮਿਲਾਪ ਦੀ ਜੁਗਤੀ ਪਤਾ ਲੱਗ ਜਾਂਦੀ ਹੈ ਕਿ ਰੱਬੀ ਮਿਲਾਪ ਕਿਵੇਂ ਹੋ ਸਕਦਾ ਹੈ। ਹੁਕਮ ਰਜ਼ਾਈ ਚੱਲਣਾ, ਆਹ ਤਰੀਕਾ ਰੱਬੀ ਮਿਲਾਪ ਦਾ। ਮਨ ਬਚਨ ਕਰਮ 'ਚ ਇੱਕ ਸਾਰਤਾ ਆ ਜਾਏ, ਰੱਬੀ ਮਿਲਾਪ ਹੈ। ਸ਼ੁਭ ਗੁਣ ਜ਼ਿੰਦਗੀ 'ਚ ਪ੍ਰਗਟ ਹੋ ਜਾਣ, ਰੱਬੀ ਮਿਲਾਪ ਹੈ। ਮਨ ਅਤੇ ਮੁੱਖ ਸੱਚਾ ਹੋ ਜਾਏ ਤਾਂ ਰੱਬੀ ਮਿਲਾਪ ਹੈ। ਮਨ ਸਾਚਾ ਮੁੱਖ ਸਾਚਾ ਸੋਏ, ਅਵਰ ਨਾ ਪੇਖਿਆ ਇੱਕ ਸਬਿਨ ਕੋਏ। ਇੱਕ ਰੱਬ ਤੋਂ ਬਿਨਾਂ ਦੂਜੇ 'ਚ ਫਿਰ ਦੇਖਦਾ ਹੀ ਕਿਸੇ ਨੂੰ ਨਹੀਂ, ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਮਿਲਾਪ ਦਾ ਤਰੀਕਾ ਪਤਾ ਲੱਗ ਜਾਂਦਾ ਹੈ। ਸੁਣਿਆ ਜੋਗ ਜੁਗਤ ਤਨ ਭੇਦ, ਰੱਬ ਦੇ ਮਿਲਾਪ ਦਾ ਤਰੀਕਾ ਆ ਜਾਂਦਾ ਹੈ, ਤਨ ਦੇ ਭੇਦ ਪਤਾ ਲੱਗ ਜਾਂਦੇ ਨੇ,
तन मैंने शरीर, शरीर के भेत पता लग जाते हैं। इस शरीर नाल मैं करना की है, इन्हां अखां नाल मैं की करना, इन्हां कन्नां नाल मैं की करना, हाथ मैनूं क्यों मिले ने, पैरां नूं किवें सफल करना है, जुबान नूं किवें सफला करना है, शरीर की वरतों के भेद आ जाते हैं। गुरु की सच्ची सिक्ख्या दस दिंदी है कि कन्नां दे नाल सच सुनी, ए सरवणो मेरे हो सच है सुनने नूं पठाए, अखां दे नाल सारिआं चों रब देख लई, ए नेत्रो मेरे हो हर तुम मैं जोत तरी, हर बिन अवर ना देखो कोई, पैरां दा पता लग जांदा की करना इन्हां पैरां नाल, चरण चलो मार्ग गोबिंद मिटै पाप जपियां हर बिंद, जबान दा पता लग जांदा की करना है, निर्मल रसना अमृत पियो सदा सुहिला कर लै जियो, जबान नाल बोलन दी जाच आ जांदी है, अखां नाल देखना आ जांदा है, मनुख हत्थां नाल कर्म करने सिख जांदा है, तन दे भेद पता लग जांदे ने, इस तन नूं वरतना किवें है, इस जबान की वरतों किवें करनी है। बच्चा जिहड़ा है एक दो साल की उम्र च बोलना तो सीख जांदा है, पर की बोलना ते की नहीं बोलना इस गल नूं सीखण वास्ते कई बार उम्र गुजर जाती है, पता ही नहीं लगता की बोलना है। 80-80 साल के बजुर्गों नूं गल्लां करदिआं सुणिआ पर पता ही नहीं की बोलना है, इन्नी उम्र विच भी झूठ बोल रहे ने, निंदिया चुगली कर रहे ने, गालां कढ रहे ने, इन्नी उम्र दे विच भी वह सारा कुछ कर रहे ने। एक दो साल की उम्र विच बच्चा सीख जांदा है कि किवें बोलना है, पर की बोलना है इस गल नूं सीखण लई उमरां गुजर जांदियां ने। इस करके बुजुर्गी का संबंध उम्र नाल नहीं है, बुजुर्गी वा अकल अस्त ना के बा साल, तवंगरी बा दिल अस्त ना के बा माल। बुजुर्गी का संबंध अकल दे नाल है, सालां नाल नहीं कि 80 साल उम्र होगी हुण बुजुर्ग, बुजुर्ग मैंने सियाणा अकलमंद, उहदा संबंध अकल दे नाल है। कई बारी बुजुर्गों नूं सुणदिआं देखदा लगदा है अजे सिर्फ 8-10 साल दे बच्चे बैठे ने, पता ही नहीं की बोलना की नहीं बोलना, जो मुँह च आया बोल जांदे ने। ते कदी कदी इस तरह भी हुंदा है बच्चे खेडदे होण, कदी कदी किसी बच्चे वच्चों कोई बुजुर्ग नज़र आ जांदा है, इन्नी सियाणी गल कर जांदा है बच्चा। बुजुर्गी का संबंध अकल नाल है, अमीरी का संबंध पैसे नाल नहीं दिल दे नाल है। दिल का किन्ना अमीर है, लखां करोड़ां कमा के किसी गरीब नूं रुपया ना दे सके वह गरीब है, तो जिदा अपना घर खाली होवे किसी नूं वंड रहा होवे उहदे वर्गा अमीर कौन। तवंगरी मैंने अमीरी, तवंगरी वा दिल अस्त ना के बा माल, अमीरी का संबंध माल धन नाल नहीं दिल की अमीरी नाल है। दिल किन्ना वड्डा है, बुजुर्गी का संबंध अकल दे नाल है। मैं देखदा दादियां वहमां भरमां च फसियां होईयां ने, वीरवार नूं सिर नहीं धोना, शुक्रवार नूं रोटी नहीं खानी, शनिवार नूं गहने नहीं लैने, ऐतवार नूं सौना नहीं, सोमवार नूं आ नहीं करना, पर जदों पोतियां नूं देखदा वह कह दिंदे दादी छड पर इन्ना वहमां भरमां नूं लंघ गए जमाने, हुण ते थोड़ी जी अकल की वरतों कर लो। उत्थे दादियां बच्चे लगदियां ने, पोतियां बुजुर्ग नज़र आउंदियां ने। उम्र का संबंध अकल दे नाल नहीं है, इस करके तन दे भेद पता लग जाते हैं। इस तन नूं जबान नूं वरतना किवें है, इहदी वरतों किवें करनी है, की बोलना ते की नहीं बोलना समझ आ जाती है। दुनिया का सब तो वड्डा धर्म किहड़ा है, इस जगत का सब तो वड्डा धर्म है इस जबान नूं काबू च रखना, जिहड़ा बहुत औखा काम है। एक छोटा जिहा मास का टुकड़ा मूँह विच, इहदे च हड्डी कोई नहीं हुंदी पर तगड़ी इन्नी है कईआं दीआं हड्डियां तोड़ा सकदी है। इस जबान नूं भावें तुसीं तलवार बना के किसी दे दिल नूं चीरदे चले जाओ तुहाडे हाथ विच है, चाहे इस जबान नूं मलम बना के किसी नूं खुशी दिंदे जाओ ये तुहाडे हाथ विच है। जबान की वरतों करनी आ जाती है, मैं जीव नूं वरतना किवें है, बोलना किवें है। याद रखियो शब्दां दे अपने टेस्ट हुंदे ने, जिहड़े शब्द बोलन लग्गिआं मैनूं कौड़े लगण इहदा मतलब जिहदे अगे मैं परोसांगा उहने वी कौड़े लगणगे। मैं ना ही अगे करां डिलीवर, ना ही वह शब्द अगे भेजा जिहड़े शब्द बोलदिआं मैनूं कौड़े लग रहे ने, दूसरे नूं वी कौड़े लगणगे। शब्दां दे टेस्ट हुंदे ने, एक वार चख के देख लवां, बोलन तो पहलां टेस्ट कर लवां, जिहड़ा शब्द मैनूं बोलदिआं मिठा लगदा है वह मैं अगे पहुँचा दिआं दूजे नूं वी मिठा लगेगा, उहनूं वी खुशी मिलेगी। तन दे भेद पता लग जाते ने, अखां नाल किवें देखना है, साडा ते देखना भी दोहरा है, सुनना भी दोहरा है, बोलना भी दोहरा है, दोहरी ते जिंदगी जी रहे असीं।
ਡਬਲ ਡਬਲ ਸਾਡੇ ਫੇਸ ਨੇ, ਦੋਹਰੇ ਸਾਡੇ ਚਿਹਰੇ ਨੇ। ਆਪਣੀ ਧੀ ਭੈਣ ਨੂੰ ਅਸੀਂ ਕਿਸੇ ਹੋਰ ਨਜ਼ਰ ਨਾਲ ਦੇਖਦੇ ਹਾਂ, ਦੂਜੇ ਦੀ ਧੀ ਭੈਣ ਨੂੰ ਕਿਸੇ ਹੋਰ ਨਜ਼ਰ ਨਾਲ ਦੇਖਦੇ ਹਾਂ। ਦੇਖਣਾ ਦੋਹਰਾ ਸਾਡਾ, ਸਾਡਾ ਬੋਲਣਾ ਦੋਹਰਾ ਹੈ। ਆਪਣੇ ਬੱਚੇ ਨੂੰ ਕਿਸੇ ਹੋਰ ਤਰੀਕੇ ਨਾਲ ਬੋਲਦੇ ਹਾਂ, ਗਵਾਂਢੀ ਦੇ ਬੱਚੇ ਨੂੰ ਕਿਸੇ ਹੋਰ ਤਰੀਕੇ ਨਾਲ ਬੋਲਦੇ ਹਾਂ। ਸਾਡੇ ਕਰਮ ਦੋਹਰੇ ਨੇ। ਆਪਣੇ ਬੱਚੇ ਵਾਸਤੇ ਤਾਂ ਦੇਸੀ ਘਿਓ ਦੇ ਚੋਪੜ ਕੇ ਪਰੌਂਠੇ ਤਿਆਰ ਕਰੀਦੇ ਨੇ, ਅਤੇ ਜੇ ਇਹੀ ਪ੍ਰਸ਼ਾਦੇ ਲੰਗਰ 'ਚ ਪਕਾਉਣੇ ਪੈ ਜਾਣ, ਭਾਵੇਂ ਕੱਚੇ ਨੇ ਭਾਵੇਂ ਸੜੇ ਨੇ, ਚੱਲੀ ਜਾਂਦੇ ਨੇ। ਸਾਡਾ ਕਰਨਾ ਵੀ ਦੋਹਰਾ ਹੈ। ਆਪਣਿਆਂ ਨਾਲ ਸਾਡਾ ਹੋਰ ਤਰੀਕਾ, ਦੂਜਿਆਂ ਨਾਲ ਸਾਡਾ ਹੋਰ ਤਰੀਕਾ। ਤਨ ਦੇ ਭੇਤ ਪਤਾ ਲੱਗ ਜਾਂਦੇ ਨੇ। ਹੱਥਾਂ ਨਾਲ ਮੈਂ ਕੀ ਕਰਨਾ ਹੈ, ਕੰਨਾਂ ਨਾਲ ਕੀ ਸੁਣਨਾ ਹੈ, ਜ਼ੁਬਾਨ ਨਾਲ ਕੀ ਬੋਲਣਾ ਹੈ, ਅੱਖਾਂ ਨਾਲ ਕੀ ਦੇਖਣਾ ਹੈ, ਪੈਰਾਂ ਨਾਲ ਕਿਸ ਪਾਸੇ ਜਾਣਾ ਹੈ, ਸੋਚ ਬਦਲ ਜਾਂਦੀ ਹੈ ਗੁਰੂ ਦੀ ਸੱਚੀ ਸਿੱਖਿਆ ਨੂੰ ਸੁਣਨ ਦੇ ਨਾਲ। ਕਿ ਹਿਰਦੇ 'ਚ ਰੱਬ ਚੇਤੇ ਕਰੀ, ਅੱਖਾਂ ਨਾਲ ਗੁਰੂ ਦੇ ਰੱਬ ਦੇ ਦਰਸ਼ਨ ਕਰੀ, ਕੰਨਾਂ ਨਾਲ ਬਾਣੀ ਸੁਣੀ, ਜ਼ੁਬਾਨ ਨਾਲ ਬਾਣੀ ਬੋਲੀ, ਆਤ ਨੂੰ ਤਨ ਦਾ ਭੇਦ ਦੇ ਦਿਆਂ। ਅੰਤਰ ਗੁਰ ਆਰਾਧਨਾ ਜਿਹਬਾ ਜਪ ਗੁਰ ਨਾਓ, ਨੇਤਰੀ ਸਤਿਗੁਰੂ ਪੇਖਣਾ, ਸਰਵਣੀ ਸੁਣਨਾ ਗੁਰ ਨਾਓ, ਸਤਿਗੁਰ ਸੇਤੀ ਰੱਤਿਆਂ ਦਰਗਾਹ ਪਾਈ ਅਠਾਓ। ਤੂੰ ਰੱਬ ਵਰਗਾ ਹੋ ਜਾਏਗਾ। ਸੁਣਿਆ ਜੋਗ ਜੁਗਤ ਤਨ ਭੇਦ, ਭਾਵ ਜ਼ਿੰਦਗੀ ਦੇ ਵਿੱਚ ਸਰੀਰ ਦਾ ਭੇਦ ਪਤਾ ਲੱਗ ਜਾਂਦਾ ਹੈ, ਸਰੀਰ ਦੀ ਜ਼ੁਬਾਨ ਦੀ ਵਰਤੋਂ ਕਿਵੇਂ ਕਰਨੀ ਹੈ। ਕੋਈ ਆਦਮੀ ਆਖਦਾ ਲੜਾਕੂ ਸੀ, ਝਗੜਾਲੂ ਸੀ, ਕ੍ਰੋਧੀ ਸੀ, ਆਖਦਾ ਮੈਂ ਨਹੀਂ ਰਹਿਣਾ ਘਰ 'ਚ। ਕਹਿਣ ਲੱਗੇ ਚਲਾ ਜਾ, ਤੁਰ ਪਿਆ। ਤੁਰਦਿਆਂ ਤੁਰਦਿਆਂ ਕਿਸੇ ਦੂਰ ਪਿੰਡ ਪਹੁੰਚ ਗਿਆ, ਰਸਤੇ 'ਚ ਭੁੱਖ ਲੱਗੀ, ਉਹਨੇ ਕਿਸੇ ਦੇ ਘਰ ਦਾ ਦਰਵਾਜ਼ਾ ਖੜਕਾਇਆ, ਭੁੱਖ ਬੜੀ ਲੱਗੀ ਹੈ, ਨਾਲ ਥੋੜ੍ਹੇ ਜਿਹੇ ਚਾਵਲ ਲੈ ਲਏ ਸਨ। ਕਹਿਣ ਲੱਗਾ ਥੋੜ੍ਹੇ ਚਾਵਲ ਬਣਾ ਦਿਓ। ਉਹ ਜਿਹੜੀ ਘਰ ਦੀ ਸਵਾਣੀ ਸੀ, ਉਹਨੇ ਚਾਵਲ ਧਰ ਦਿੱਤੇ, ਨਾਲ ਚੌਂਕੀ 'ਚ ਬੈਠ ਗਿਆ ਅਤੇ ਬੈਠਿਆਂ ਬੈਠਿਆਂ ਆਖਦਾ ਮਾਤਾ ਆਹ ਤੇਰੀ ਮੱਝ ਬੜੀ ਤਗੜੀ ਹੈ। ਕਹਿੰਦੇ ਕਿ ਹਾਂ, ਪੱਠੇ ਪ੍ਰੋਪਰ ਪੂਰੇ ਪਾਈਦੇ ਨੇ। ਕਹਿਣ ਲੱਗਾ ਜੇ ਮਰ ਗਈ ਤਾਂ ਦਰਵਾਜ਼ਾ ਬੜਾ ਛੋਟਾ, ਬਾਹਰ ਕੱਢੀ ਨਹੀਂ ਜਾਣੀ। ਉਹ ਕਹਿਣ ਲੱਗੀ ਤਾਂ ਆਪਣੇ ਮੂੰਹ ਸੰਭਾਲ ਕੇ ਗੱਲ ਕਰ, ਕਿਹੋ ਜਿਹੀ ਗੱਲ ਕਰ ਰਿਹਾ ਤੂੰ, ਚੁੱਪ ਕਰ ਗਿਆ। ਚਾਵਲ ਬਣ ਰਹੇ ਨੇ, ਉਹ ਮਾਤਾ ਸੋਚਦੀ ਕਦੋਂ ਮਗਰੋਂ ਉੱਥੇ ਤੈਨੂੰ ਭੇਜਾਂ। ਇੰਨੇ ਨੂੰ ਕਮਰੇ 'ਚ ਉਹਦੀ ਨੂੰਹ ਬਾਹਰ ਆਈ। ਕਹਿਣ ਲੱਗਾ ਮਾਤਾ ਇਹ ਕੌਣ ਹੈ? ਕਹਿਣ ਲੱਗੀ ਮੇਰੀ ਨੂੰਹ ਹੈ। ਕਹਿਣ ਲੱਗਾ ਮਾਤਾ ਤੇਰਾ ਪੁੱਤਰ ਕਿੱਥੇ ਹੈ? ਕਹਿਣ ਲੱਗੀ ਫੌਜ ਵਿੱਚ ਹੈ ਉਹ। ਕਹਿਣ ਲੱਗਾ ਮਾਤਾ ਜੇ ਫੌਜ 'ਚ ਤੇਰੇ ਪੁੱਤਰ ਨੂੰ ਗੋਲੀ ਲੱਗ ਜਾਏ, ਤੇਰਾ ਪੁੱਤਰ ਮਰ ਜਾਏ, ਤੂੰ ਨੂੰਹ ਦਾ ਕੀ ਕਰੇਂਗੀ? ਉਹਨੇ ਕਿਹਾ ਮਰ ਜਾਣਾ ਆਪਣੀ ਝੋਲੀ ਕਰ ਅੱਗੇ। ਉਹ ਜੇ ਚਾਵਲ ਬਣੇ ਨਹੀਂ ਸੀ, ਅੱਧੇ ਕੱਚੇ ਪਾਣੀ ਸਮੇਤ ਝੋਲੀ 'ਚ ਉਲਟ ਦਿੱਤੇ। ਕਹਿਣ ਲੱਗੀ ਲੈ ਕੇ ਤੁਰਦਾ ਬਣ ਇੱਥੋਂ। ਹੁਣ ਤੁਰਿਆ ਜਾਂਦਾ ਨਾਲ ਚੋਲਾਂ ਦੀ, ਕੱਚੇ ਚੋਲਾਂ ਦੀ ਪਿੱਛ ਚੁੰਦੀ ਜਾਂਦੀ। ਕਿਸੇ ਨੇ ਪੁੱਛ ਲਿਆ, ਸੱਜਣਾ ਇਹ ਕੀ ਚੋਰਿਆ? ਕਹਿਣ ਲੱਗਾ ਪੁੱਛਣਾ, ਮੇਰੀ ਜ਼ੁਬਾਨ ਦਾ ਰਸ ਚੋਰਿਆ। ਪਤਾ ਨਹੀਂ ਜ਼ੁਬਾਨ ਦੀ ਵਰਤੋਂ ਕਿਵੇਂ ਕਰਨੀ, ਮਿਲ ਗਈ ਹੈ ਪਰ ਪਤਾ ਨਹੀਂ ਵਰਤਣਾ ਕਿਵੇਂ ਹੈ। ਅੱਖਾਂ ਮਿਲ ਗਈਆਂ ਨੇ ਪਰ ਪਤਾ ਨਹੀਂ ਵਰਤਣੀਆਂ ਕਿਵੇਂ ਨੇ, ਦੇਖਣਾ ਕੀ ਹੈ ਅਤੇ ਕੀ ਨਹੀਂ ਦੇਖਣਾ। ਕੰਨ ਮਿਲ ਗਏ ਨੇ, ਪਤਾ ਨਹੀਂ ਵਰਤਣੇ ਕਿਵੇਂ ਨੇ। ਇਹਦੇ ਨਾਲ ਨਿੰਦਿਆ ਚੁਗਲੀ ਝੂਠ ਦੀ ਗੰਦਗੀ ਸੁਣ ਕੇ ਆਪਣੇ ਜੀਵਨ 'ਚ ਪਹੁੰਚਾਉਣੀ ਹੈ ਜਾਂ ਸੱਚ ਨੂੰ ਸੁਣ ਕੇ ਆਪਣੇ ਅੰਦਰ ਸੱਚ ਲੈ ਕੇ ਆਉਣਾ, ਪਤਾ ਨਹੀਂ ਹੈ। ਪਰ ਜਦੋਂ ਕਿ ਗੁਰੂ ਦੀ ਸੱਚੀ ਸਿੱਖਿਆ ਸੁਣ ਲੈਂਦਾ ਹੈ, ਕੰਨਾਂ ਦੇ ਰਾਹੀਂ ਸੱਚ ਅੰਦਰ ਚਲਾ ਜਾਂਦਾ, ਤਨ ਦੇ ਭੇਦ ਪਤਾ ਲੱਗ ਜਾਂਦੇ ਨੇ, ਸਮਝ ਪੈ ਜਾਂਦੀ ਹੈ ਮਤ ਵਿੱਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿੱਖ ਸੁਣੀ। ਗੁਰੂ ਦੀ ਸਿੱਖਿਆ ਨਾਲ ਜ਼ਿੰਦਗੀ ਜਿਉਣ ਦੀ ਜੁਗਤੀ ਆ ਜਾਂਦੀ ਹੈ, ਰੱਬ ਦੇ ਮਿਲਾਪ ਦੀ ਜੁਗਤੀ ਪਤਾ ਲੱਗ ਜਾਂਦੀ ਹੈ, ਤਨ ਦੇ ਅੰਗਾਂ ਦੀ ਵਰਤੋਂ ਦੇ ਭੇਦ ਪਤਾ ਲੱਗ ਜਾਂਦੇ ਨੇ। ਸੁਣਿਆ ਜੋਗ ਜੁਗਤ, ਗੁਰੂ ਦੀ ਸੱਚੀ ਸਿੱਖਿਆ ਸੁਣਨ ਦੇ ਨਾਲ ਰੱਬੀ ਮਿਲਾਪ ਦੀ ਜੁਗਤੀ ਮਿਲ ਜਾਂਦੀ ਹੈ, ਤਨ ਭੇਦ, ਤਨ ਦੇ ਸਰੀਰ ਦੇ ਭੇਦ ਪਤਾ ਲੱਗ ਜਾਂਦੇ ਨੇ, ਇਸ ਸਰੀਰ ਨੂੰ ਵਰਤਣਾ ਕਿਵੇਂ ਹੈ। ਸੁਣਿਆ ਸ਼ਾਸਤਰ ਸਿਮਰਤ ਵੇਦ, ਗੁਰੂ ਦੀ ਸੱਚੀ ਸਿੱਖਿਆ ਸੁਣਨ ਦੇ ਨਾਲ ਸਮਝ ਪੈ ਜਾਂਦੀ ਹੈ ਸ਼ਾਸਤਰਾਂ ਵਿੱਚ ਕੀ ਹੈ, ਸਿਮਰਤੀਆਂ ਵਿੱਚ ਕੀ ਹੈ, ਵੇਦਾਂ 'ਚ ਕੀ ਹੈ। ਬਾਣੀ ਨੂੰ ਵਿਚਾਰ ਕੇ ਦੇਖੋ, ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ, ਤੱਤੈ ਸਾਰ ਨਾ ਜਾਣੀ। ਉਹਨਾਂ ਪਾਪ ਪੁੰਨ ਦੀ ਵਿਚਾਰ ਕੀਤੀ, ਆਹ ਕੰਮ ਕਰੋਂਗੇ ਪੁੰਨ ਹੈ, ਆਹ ਕੰਮ ਕਰੋਂਗੇ ਪਾਪ ਹੈ। ਜੀਵ ਇਸ ਪਾਪ ਪੁੰਨ ਵਿੱਚ ਫਸ ਕੇ ਰਹਿ ਗਿਆ, ਇਹਨਾਂ ਕਰਮਾਂ ਵਿੱਚ ਫਸ ਕੇ ਰਹਿ ਗਿਆ ਜੀਵ। ਉਦਾਹਰਣ ਦੇ ਤੌਰ 'ਤੇ ਕਿਸੇ ਨੇ ਕਹਿ ਦਿੱਤਾ ਕਿ ਜੀਵ ਹੱਤਿਆ ਪਾਪ ਹੈ, ਹੁਣ ਮੇਰੀ ਮੱਝ ਨੂੰ ਕੀੜੇ ਪੈ ਗਏ, ਮੈਂ ਕੀੜੇ ਮਾਰਦਾ ਤਾਂ ਮੈਨੂੰ ਪਾਪ ਲੱਗਦਾ, ਮੈਂ ਕੀੜੇ ਨਹੀਂ ਮਾਰਦਾ ਮੱਝ ਮਰਦੀ ਤਾਂ ਪਾਪ ਲੱਗਦਾ, ਕਿੱਧਰ ਜਾਵਾਂ ਮੈਂ। ਮੇਰੇ ਘਰ ਵਿੱਚ ਚੂਹੇ ਕੋਕਰੋਚ ਟਿੱਡੀਆਂ ਮੱਛਰ ਖਟਮਲ ਆ ਗਏ, ਜੇ ਇਹਨਾਂ ਨੂੰ ਮਾਰਦਾ ਹਾਂ ਤਾਂ ਪਾਪ ਲੱਗਦਾ, ਨਹੀਂ ਮਾਰਦਾ ਮੇਰੇ ਬੱਚੇ ਬਿਮਾਰ ਹੋ ਕੇ ਮਰਦੇ ਨੇ ਪਾਪ ਲੱਗਦਾ, ਕਿੱਧਰ ਜਾਵਾਂ। ਮੈਨੂੰ ਬੁਖਾਰ ਹੋ ਗਿਆ, ਮੇਰੇ ਅੰਦਰ ਕੋਈ ਵਾਇਰਸ ਚਲਾ ਗਿਆ, ਮੈਂ ਦਵਾਈ ਖਾਂਦਾ ਉਹ ਮੇਰੇ ਬੈਕਟੀਰੀਆ ਉਹ ਮੇਰੇ ਵਾਇਰਸ ਮਰਦੇ ਨੇ, ਅਤੇ ਪਾਪ ਲੱਗਦਾ, ਨਹੀਂ ਮਾਰਦਾ ਅਤੇ ਮੈਂ ਮਰਦਾ ਪਾਪ ਲੱਗਦਾ।
ਮੇਰੀਆਂ ਫਸਲਾਂ ਨੂੰ ਕੀੜੇ ਪੈ ਗਏ, ਮੈਂ ਕੀਟਨਾਸ਼ਕ ਦਵਾਈਆਂ ਦਾ ਛਿੜਕਾਅ ਕਰਦਾ, ਕੀੜੇ ਮਰਨਗੇ ਅਤੇ ਪਾਪ ਲੱਗੇਗਾ। ਜੇ ਮੈਂ ਦਵਾਈਆਂ ਦਾ ਛਿੜਕਾਅ ਨਹੀਂ ਕਰਦਾ, ਫਸਲਾਂ ਮਰਨਗੀਆਂ ਤਾਂ ਪਾਪ ਲੱਗਦਾ, ਲੋਕ ਭੁੱਖੇ ਮਰਨਗੇ ਤਾਂ ਪਾਪ ਲੱਗਦਾ, ਕਿੱਧਰ ਜਾਵਾਂ? ਜੀਵ ਪਾਪ ਪੁੰਨ ਦੇ ਚੱਕਰ ਵਿੱਚ ਉਲਝ ਕੇ ਰਹਿ ਗਿਆ। ਤਾਂ ਹੀ ਗੁਰੂ ਜੀ ਨੇ ਕਹਿ ਦਿੱਤਾ ਬਾਣੀ ਦੇ ਵਿੱਚ ਕਿ ਸਾਡੇ ਲਈ ਪਾਪ ਪੁੰਨ ਕਹਾਣੀਆਂ ਤੋਂ ਵੱਧ ਕੁਛ ਨਹੀਂ ਹਨ। ਪਾਪ ਪੁੰਨ ਤੈਂ ਪਈ ਕਹਾਵਤ, ਕਉ ਨਰਕ ਕਉ ਸੁਰਗ ਵੰਛਾਵਤ। ਪਾਪ ਕੀਤਾ ਤਾਂ ਨਰਕ ਮਿਲ ਜਾਣਗੇ, ਪੁੰਨ ਕਰਾਂਗੇ ਤਾਂ ਸਵਰਗ ਮਿਲ ਜਾਏਗਾ। ਇਸੇ ਚੱਕਰਾਂ 'ਚ ਉਲਝ ਗਏ ਅਤੇ ਭਗਤ ਜੀ ਬਾਣੀ 'ਚ ਆਖਦੇ ਨੇ, ਪਾਪ ਪੁੰਨ ਦੋਏ ਏਕ ਸਮਾਨ, ਨਿੱਜ ਕਰ ਪਾਰਸ ਤਜੂ ਗੁਣ ਆਨ। ਪਾਪ ਕੀ ਹੈ, ਪੁੰਨ ਕੀ ਹੈ, ਇਹ ਗੁਰੂ ਦੇ ਗਿਆਨ ਨਾਲ ਪਤਾ ਚੱਲਦਾ ਹੈ। ਗੁਰੂ ਜੀ ਆਖਦੇ ਨੇ, ਆ ਤੈਨੂੰ ਦੱਸਾਂ ਪੁੰਨ ਕਿਹੜਾ ਅਤੇ ਪਾਪ ਕਿਹੜਾ। ਜਿਸ ਦਿਨ ਸੱਚ ਦੇ ਬੇਸ 'ਤੇ ਤੂੰ ਆਪਣੇ ਫਰਜ਼ ਪੂਰੇ ਕਰੇਗਾ, ਇਹ ਹੈ ਧਰਮ। ਧਰਮ ਕਰਦਿਆਂ ਦੇਰ ਨਾ ਕਰੀ, ਨਹ ਬਿਲੰਬ ਧਰਮੰ, ਬਿਲੰਬ ਮੈਨੇ ਦੇਰ, ਧਰਮ ਕਰਦਿਆਂ ਦੇਰ ਨਾ ਕਰੀ। ਬਿਲੰਬ ਪਾਪੰ, ਇਹਦਾ ਅਰਥ ਕੀਤਾ ਜਾਂਦਾ ਕਿ ਪਾਪ ਕਰਦਿਆਂ ਦੇਰ ਕਰ ਲਈ, ਧਰਮ ਕਰਦਿਆਂ ਦੇਰ ਨਾ ਕਰੀ, ਪਾਪ ਕਰਦਿਆਂ ਦੇਰ ਕਰ ਲਈ। ਮਤਲਬ ਪਾਪ ਕਰ ਲਈ, ਅੱਜ ਨਹੀਂ ਤਾਂ ਕੱਲ੍ਹ ਕਰ ਲਈ, ਹੁਣ ਨਹੀਂ ਤਾਂ ਸ਼ਾਮ ਨੂੰ ਕਰ ਲਈ, ਕਰ ਲਈ, ਇਹਦਾ ਅਰਥ ਇਹ ਨਹੀਂ। ਨਹ ਬਿਲੰਬ ਧਰਮੰ, ਧਰਮ ਕਰਦਿਆਂ ਦੇਰ ਨਾ ਕਰੀ, ਬਿਲੰਬ ਪਾਪੰ, ਆ ਜਿਹੜੀ ਦੇਰ ਕਰ ਰਿਹਾ ਨਾ, ਇਹਦਾ ਹੀ ਨਾਂ ਪਾਪ ਹੈ। ਜਿਸ ਪਲ ਧਰਮ ਨਹੀਂ ਕਰ ਰਿਹਾ, ਉਹ ਪਲ ਹੀ ਤੇਰਾ ਪਾਪ ਹੈ। ਜਿਸ ਪਲ ਸੱਚ ਨਹੀਂ ਬੋਲ ਰਿਹਾ, ਉਹ ਪਲ ਹੀ ਤੇਰਾ ਪਾਪ ਹੈ। ਜਿਸ ਪਲ ਸਿਫਤ ਨਹੀਂ ਕਰ ਰਿਹਾ, ਜਿਸ ਪਲ ਦਇਆ ਨਹੀਂ ਕਰ ਰਿਹਾ, ਉਹ ਪਲ ਪਾਪ ਹੀ ਹੈ। ਅਤੇ ਪੁੰਨ ਕਿਹੜਾ ਹੈ, ਜਿਸ ਪਲ ਦਇਆ ਦਾ ਗੁਣ ਤੇਰੇ ਅੰਦਰ ਹੈ, ਧਰਮ ਦਾ ਗੁਣ ਹੈ, ਸਬਰ ਦਾ ਗੁਣ ਹੈ, ਉਹ ਪਲ ਤੇਰਾ ਪੁੰਨ ਹੈ। ਕੱਲ੍ਹ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਏ, ਜਿੱਥੇ ਗੋਬਿੰਦ ਦੇ ਗੁਣਾਂ ਨੂੰ ਗਾ ਕੇ ਵਰਤ ਰਿਹਾ ਜ਼ਿੰਦਗੀ 'ਚ, ਉਹ ਤੇਰਾ ਪਲ ਪੁੰਨ ਹੈ। ਸਿਮਰਤੀਆਂ ਸ਼ਾਸਤਰਾਂ ਨੇ ਪੁੰਨ ਪਾਪ ਦੀ ਵਿਚਾਰ ਦਿੱਤੀ, ਤਾਂ ਹੀ ਗੁਰੂ ਜੀ ਨੇ ਬਾਣੀ 'ਚ ਕਹਿ ਦਿੱਤਾ, ਖੱਟ ਦਰਸ਼ਨ ਵਰਤੈ ਵਰਤਾਰਾ। ਖੱਟ ਦਰਸ਼ਨ ਮੈਨੇ 6 ਸ਼ਾਸਤਰਾਂ ਦਾ ਵਰਤਾਰਾ ਪੂਰੀ ਦੁਨੀਆ 'ਚ ਹੈ। ਆਹ ਕੰਮ ਕਰੋਗੇ ਪੁੰਨ ਹੈ, ਆਹ ਕੰਮ ਕਰੋਗੇ ਪਾਪ। ਗੁਰ ਕਾ ਦਰਸ਼ਨ ਅਗਮ ਅਪਾਰਾ, ਪਰ ਗੁਰੂ ਦਾ ਸਿਧਾਂਤ ਸਭ ਤੋਂ ਉੱਚਾ ਹੈ। ਗੁਰੂ ਦੀ ਸਿੱਖਿਆ ਸੁਣ ਕੇ ਪਤਾ ਲੱਗ ਜਾਂਦਾ ਹੈ ਵੇਦਾਂ ਸਿਮਰਤੀਆਂ ਸ਼ਾਸਤਰਾਂ ਦੀ ਸੋਚ ਕੀ ਹੈ। ਇਹ ਯੂਨੀਵਰਸਲ ਟਰੁੱਥ ਦੇ ਬੇਸ 'ਤੇ ਪੂਰੀਆਂ ਉਤਰਦੀਆਂ ਕਿ ਨਹੀਂ ਉਤਰਦੀਆਂ? ਫਲਾਣੇ ਦੇਵਤੇ ਦਾ ਇੰਨੀ ਵਾਰੀ ਫਲਾਣਾ ਮੰਤਰ ਪੜ੍ਹਨ ਨਾਲ ਫਲਾਣਾ ਸੁੱਖ ਮਿਲ ਜਾਂਦਾ, ਇਹ ਕੁਝ ਉਹਦੇ ਵਿੱਚ ਲਿਖਿਆ ਹੋਇਆ ਹੈ। ਸੁਣਿਆ ਸ਼ਾਸਤ ਸਿਮਰਤ ਵੇਦ, ਜੇ ਮੀਂਹ ਪਾਣੇ ਤਾਂ ਇੰਦਰ ਦੀ ਪੂਜਾ, ਮੌਤ ਤੋਂ ਬਚਣਾ ਸ਼ਿਵ ਦੀ ਪੂਜਾ, ਮਾਇਆ ਚਾਹੀਦੀ ਹੈ ਅਤੇ ਲਕਸ਼ਮੀ ਦੀ ਪੂਜਾ, ਵਿੱਦਿਆ ਚਾਹੀਦੀ ਹੈ ਅਤੇ ਸਰਸਵਤੀ ਦੀ ਪੂਜਾ, ਇੰਨੇ ਮੰਤਰ ਪੜ੍ਹੋ, ਇੰਨੇ ਪਹਿਨਾਵੇ ਇਹੋ ਜਿਹੇ ਪਾਓ ਅਤੇ ਇੰਨੀ ਵਾਰ ਜਾਪ ਕਰੋ, ਇਹ ਮਿਲ ਜਾਂਦਾ। ਗੁਰੂ ਦੀ ਸੱਚੀ ਸਿੱਖਿਆ ਸੁਣਨ ਨਾਲ ਪਤਾ ਲੱਗ ਜਾਂਦਾ ਹੈ ਕਿ ਇਹਨਾਂ ਦੀ ਅਸਲੀਅਤ ਕੀ ਹੈ, ਇਹਨਾਂ ਵਿੱਚ ਕੀ ਕੁਛ ਲਿਖਿਆ ਹੈ। ਨਾਨਕ ਭਗਤਾਂ ਸਦਾ ਵਿਗਾਸ, ਹੇ ਨਾਨਕ, ਭਗਤ ਜਿਨ੍ਹਾਂ ਦੀ ਜ਼ਿੰਦਗੀ 'ਚ ਸਦਾ ਹੀ ਵਿਗਾਸ ਹੈ, ਖੁਸ਼ੀ ਹੈ, ਖੇੜ ਹੈ, ਆਨੰਦਿਤ ਹੈ। ਕਿਉਂ? ਕਿਉਂਕਿ ਰੱਬੀ ਗੁਣਾਂ ਨਾਲ ਜੁੜ ਕੇ ਉਹ ਵਿਗਾਸ ਦੇ ਵਿੱਚ ਆ ਗਏ, ਸੱਚ ਨੇ ਉਹਨਾਂ ਨੂੰ ਸਦੀਵੀ ਕਰ ਦਿੱਤਾ, ਪ੍ਰੇਮ ਨੇ ਉਹਨਾਂ ਦੇ ਵਿੱਚ ਖੜਾਓ ਪੈਦਾ ਕਰ ਦਿੱਤਾ, ਮਿੱਠੀ ਜ਼ੁਬਾਨ ਅਤੇ ਨਿਮਰਤਾ ਨੇ ਉਹਨਾਂ ਨੂੰ ਮਹਾਨ ਕਰ ਦਿੱਤਾ, ਉਹਨਾਂ ਦੀ ਜ਼ਿੰਦਗੀ ਵਿਗਾਸਤਾ ਵਿੱਚ ਆ ਗਈ, ਹਰ ਹਾਲਤ ਵਿੱਚ ਉਹ ਖੁਸ਼ ਰਹਿੰਦੇ ਨੇ। ਲੋਕ ਸੋਹਣਿਆਂ ਘਰਾਂ ਕੋਠੀਆਂ 'ਚ ਖੁਸ਼ ਨਹੀਂ ਰਹਿੰਦੇ, ਉਹ ਜੇਲ੍ਹ 'ਚ ਬੈਠੇ ਵੀ ਆਨੰਦਿਤ ਨੇ, ਉਹ ਤਨ ਦੇ ਟੁਕੜੇ ਕਰਾ ਕੇ ਵੀ ਆਨੰਦਿਤ ਨੇ, ਉਹ ਰੇਲ ਦੀਆਂ ਪਟੜੀਆਂ 'ਚ ਬੈਠ ਕੇ ਆਪਣੇ ਸਰੀਰ ਦਾ ਚੂਰਾ ਚੂਰਾ ਕਰਾਉਂਦੇ ਹੋਏ ਵੀ ਆਨੰਦਿਤ ਨੇ, ਉੱਬਲਦੀ ਦੇਗ 'ਚ ਉਬਾਲੇ ਖਾਂਦੇ ਵੀ ਆਨੰਦਿਤ ਨੇ, ਹਰ ਸਿਚੁਏਸ਼ਨ ਹਰ ਹਾਲਾਤ ਵਿੱਚ ਉਹ ਚੜ੍ਹਦੀ ਕਲਾ ਵਿੱਚ ਵਿਚਰਦੇ ਨੇ। ਨਾਨਕ ਭਗਤਾਂ ਸਦਾ ਵਿਗਾਸ, ਜਿਹੜੇ ਰੱਬੀ ਗੁਣਾਂ ਦੇ ਮੁਤਾਬਕ ਜ਼ਿੰਦਗੀ ਜਿਉਂਦੇ ਨੇ, ਉਹਨਾਂ ਦਾ ਖੇੜਾ, ਉਹਨਾਂ ਦਾ ਆਨੰਦ ਦੁਨੀਆਂ ਦੀ ਕੋਈ ਤਾਕਤ ਖੋ ਨਹੀਂ ਸਕਦੀ। ਸੁਣਿਆ ਦੁੱਖ ਪਾਪ ਕਾ ਨਾਸ਼, ਗੁਰੂ ਦੀ ਸੱਚੀ ਸਿੱਖਿਆ ਨੂੰ ਸੁਣਨ ਦੇ ਨਾਲ ਦੁੱਖਾਂ ਪਾਪਾਂ ਦਾ ਨਾਸ਼ ਹੋ ਜਾਂਦਾ ਹੈ, ਅਨੇਕਾਂ ਭਰਮਾਂ ਦਾ ਨਾਸ਼ ਹੋ ਜਾਂਦਾ ਹੈ, ਪਾਪਾ ਪੁੰਨਾਂ ਦੇ ਚੱਕਰਾਂ ਤੋਂ ਜੀਵ ਉੱਠ ਜਾਂਦਾ ਹੈ, ਦੇਵੀ ਦੇਵਤਿਆਂ ਦੇ ਵਿਸ਼ਵਾਸ ਤੋਂ ਉੱਚਾ ਉੱਠ ਜਾਂਦਾ ਹੈ, ਜੋਗ ਜੁਗਤ ਦੀ ਥਾਂ 'ਤੇ ਰੱਬੀ ਮਿਲਾਪ ਨੂੰ ਸਮਝ ਲੈਂਦਾ ਹੈ, ਤਨ ਨੂੰ ਕਿਵੇਂ ਵਰਤਣਾ ਹੈ ਇਹਦੀ ਸਮਝ ਲੱਗ ਜਾਂਦੀ ਹੈ। ਸੁਣਿਆ ਦੁੱਖ ਪਾਪ ਕਾ ਨਾਸ਼, ਅਤੇ ਗੁਰੂ ਦੀ ਸੱਚੀ ਸਿੱਖਿਆ ਨੂੰ ਸੁਣਨ ਦੇ ਨਾਲ ਦੁੱਖਾਂ ਪਾਪਾਂ ਦਾ ਨਾਸ਼ ਹੋ ਜਾਂਦਾ ਹੈ। ਹੋਈਆਂ ਭੁੱਲਾਂ ਖਿਮਾ। ਫਤਿਹ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।